ਤੋਂ ਪ੍ਰਿੰਟ ਮੀਡੀਆ ਬਿਜਲਈ ਮੀਡੀਆ ਤੇ ਕਾਫੀ ਜਿਹੜਾ ਮਾਮਲਾ ਗਰਮਾਇਆ ਹੋਇਆ ਕਿ ਇੱਕ ਸਿੱਖ ਨੌਜਵਾਨ ਰਾਜਵੀਰ ਸਿੰਘ ਦੇ ਜਿਹੜੇ ਕੇਸ ਆ ਉਹ ਜੇਲ੍ਹ ਵਿੱਚ ਕਤਲ ਕੀਤੇ ਗਏ ਆ। ਬਹੁਤ ਸਾਰੀਆਂ ਸਿੱਖ ਸੰਸਥਾਵਾਂ ਸਿੱਖ ਆਗੂਆਂ ਵੱਲੋਂ ਮੈਨੂੰ ਬਿਆਨ ਪੜਨ ਵਾਸਤੇ ਮਿਲੇ ਅਖਬਾਰਾਂ ਦੇ ਅੰਦਰ ਟੀਵੀ ਤੇ ਦੇਖਣ ਲਈ। ਮੈਂ ਇਸ ਦੀ ਸੱਚਾਈ ਜਾਣਨ ਵਾਸਤੇ ਇੱਕ ਸਿੱਖ ਸੰਸਥਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਮੈਂ ਅੱਜ ਇੱਥੇ ਪਹੁੰਚਿਆ ਸੀਗਾ ਕੇਂਦਰੀ ਜੇਲ੍ਹ ਬਠਿੰਡਾ ਦੇ ਬਾਹਰ, ਔਰ ਇੱਥੇ ਆ ਕਰਕੇ ਜਿਹੜੇ ਜੇਲ੍ਹ ਸੁਪਰਡੈਂਟ ਆ ਮੈਂ ਉਹਨਾਂ ਦੇ ਕੋਲੋਂ ਵੀ ਸੱਚਾਈ ਜਾਣਨਾ ਚਾਹੁੰਦਾ ਸੀ ਔਰ ਉਸ ਲੜਕੇ ਨੂੰ ਮਿਲ ਕੇ ਵੀ ਸੱਚਾਈ ਜਾਣਨਾ ਚਾਹੁੰਦਾ ਸੀ ਕਿ ਅਸਲ ਸੱਚਾਈ ਕੀ ਹੈ। ਪਰ ਮੈਨੂੰ ਇੱਥੇ ਪਹੁੰਚਣ ਦੇ ਉੱਤੇ ਇਹਨਾਂ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ। ਜੇਲ੍ਹ ਸੁਪਰਡੈਂਟ ਜੋ ਨੇਗੀ ਸਾਹਿਬ ਨੇ ਇੱਥੇ ਜੇਲ੍ਹ ਸੁਪਰਡੈਂਟ ਸਾਹਿਬ BSF 'ਚੋਂ ਆਏ ਹੋਏ ਆ, ਮੈਂ ਇੱਥੋਂ ਹੀ SSP ਸਾਹਿਬ ਬਠਿੰਡਾ ਨੂੰ ਰਿੰਗ ਕੀਤੀ ਹੈ ਔਰ DC ਸਾਹਿਬ ਬਠਿੰਡਾ ਨੂੰ ਰਿੰਗ ਕੀਤੀ ਹੈ। ਦੋਨਾਂ ਨਾਲ ਮੇਰੀ ਗੱਲਬਾਤ ਹੋਈ ਆ, ਉਹਨਾਂ ਨੇ ਜੇਲ੍ਹ ਸੁਪਰਡੈਂਟ ਸਾਹਿਬ ਨਾਲ ਗੱਲਬਾਤ SSP ਸਾਹਿਬ ਬਠਿੰਡਾ ਨੇ ਵੀ ਕੀਤੀ ਹੈ ਔਰ DC ਸਾਹਿਬ ਬਠਿੰਡਾ ਨੇ ਵੀ ਕੀਤੀ ਹੈ। ਮੈਂ ਉਹਨਾਂ ਦੇ ਗੱਲ ਕਰਨ ਤੋਂ ਬਾਅਦ ਜੋ ਸੁਪਰਡੈਂਟ ਸਾਹਿਬ ਨੇ ਆਪਣੇ ਜਿਹੜੇ ਨੁਮਾਇੰਦੇ DSP ਸੁਖਪਾਲ ਸਿੰਘ ਮੇਰੇ ਕੋਲ ਭੇਜਿਆ ਔਰ ਉਹਨਾਂ ਨੇ ਸਾਫ਼ ਮਨ੍ਹਾ ਕਰ ਦਿੱਤਾ ਕਿ ਅਸੀਂ ਇੱਥੇ ਜਿਹੜਾ ਹੈ ਮੁਲਾਕਾਤ ਨਹੀਂ ਕਰਨ ਦਿਆਂਗੇ ਔਰ ਖੁਦ ਵੀ ਮਿਲਣ ਤੋਂ ਇਨਕਾਰ ਕਰ ਦਿੱਤਾ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੀ ਧਰਤੀ ਦੇ ਉੱਤੇ ਇਸ ਤਰੀਕੇ ਦੇ ਨਾਲ ਕਿਸੇ ਸਿੱਖ ਨੌਜਵਾਨ ਦੇ ਕੇਸ ਕਤਲ ਕੀਤੇ ਜਾਣ ਉਹ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਮੈਨੂੰ ਇੱਥੋਂ ਪਹਿਲਾਂ ਤਾਂ ਮੈਂ ਸਿਰਫ ਸੱਚਾਈ ਜਾਣਨਾ ਚਾਹੁੰਦਾ ਸੀ ਕਿ ਅਸਲ ਗੱਲ ਹੈ ਕੀ ਹੈ ਸੁਪਰਡੈਂਟ ਸਾਹਿਬ ਦੇ ਕੋਲੋਂ ਵੀ ਔਰ ਲੜਕੇ ਦੇ ਕੋਲੋਂ ਵੀ, ਕਿ ਜੋ ਨੌਜਵਾਨ ਦੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਦੇ ਨਾਲ ਵਾਕਿਆ ਹੀ ਵਧੀਕੀ ਹੋਈ ਹੈ ਇੱਥੇ, ਉਹਦੇ ਕੇਸ ਕਤਲ ਕੀਤੇ ਗਏ ਆ ਜਿਸ ਕਾਰਨ ਕਰਕੇ ਅੱਜ ਉਹਨੂੰ ਮਿਲਣ ਤੋਂ ਜਿਹੜਾ ਹੈ ਇਨਕਾਰ। ਅਸੀਂ ਕਿਹਾ ਜੇਕਰ ਨੌਜਵਾਨ ਨਹੀਂ ਮਿਲ ਸਕਦਾ ਤਾਂ ਤੁਸੀਂ ਜੇ ਆਈ ਕੀ ਹੈ, ਪਰ ਜਿਸ ਤਰੀਕੇ ਨਾਲ ਖਬਰਾਂ ਲੱਗ ਰਹੀਆਂ ਸੀ ਕਿ ਇਸ ਸੰਬੰਧ ਦੇ ਵਿੱਚ ਜਿਹੜੇ ਵਕੀਲ ਆ ਬਠਿੰਡਾ ਦੀ ਕੋਰਟ ਵਿੱਚ ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ, ਔਰ ਇੱਥੋਂ ਇਹ ਸੱਚਾਈ ਲੱਗਦੀ ਹੈ ਕਿ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਹਨੇਰਗਰਦੀ ਕੀਤੀ ਗਈ ਹੈ ਕਿ ਕੀ ਅਸੀਂ ਇੱਕ ਸਿੱਖ ਨੌਜਵਾਨ ਜਿਸ ਦੇ ਕੇਸ ਕਤਲ ਕੀਤੇ ਗਏ ਆ ਕੀ ਅਸੀਂ ਉਹਨੂੰ ਮਿਲ ਨਹੀਂ ਸਕਦੇ। ਆਉਣ ਵਾਲੇ ਦਿਨਾਂ ਦੇ ਅੰਦਰ ਅਸੀਂ ਸਿੱਖ ਜਥੇਬੰਦੀਆਂ ਨਾਲ ਸਲਾਹ ਕਰਕੇ ਇਸੇ ਜੇਲ੍ਹ ਦੇ ਅੱਗੇ ਜਿਸ ਜਗ੍ਹਾ 'ਤੇ ਵੀ ਅਸੀਂ ਖੜ੍ਹੇ ਹਾਂ ਇਸੇ ਜੇਲ੍ਹ ਦੇ ਅੱਗੇ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ ਜਾਊਗਾ ਕਿ ਜੇਲ੍ਹ ਸੁਪਰਡੈਂਟ ਨੇ ਕਿਸ ਤਰ੍ਹਾਂ ਆਪ ਸਾਰੀ ਜਾਣਕਾਰੀ ਦੇਣ ਤੋਂ ਜਾਂ ਉਸ ਨੌਜਵਾਨ ਨੂੰ ਮਿਲਣ ਤੋਂ ਕਿਸ ਤਰ੍ਹਾਂ ਮਨਾਹੀ ਕੀਤੀ ਹੈ। ਅਸੀਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਧਰਮ ਦੇ ਕੰਮਾਂ 'ਚ ਰਹੇ ਵੀ ਹਾਂ, ਮੁਲਾਕਾਤਾਂ ਵੀ ਕਰਦੇ ਰਹੇ ਹਾਂ। ਇਸੇ ਬਠਿੰਡਾ ਜੇਲ੍ਹ ਦੇ ਅੰਦਰ ਇੱਕ ਸਿੱਖ ਨੌਜਵਾਨ ਨਾਲ ਜਾਪਤੀ ਹੋਈ ਸੀ, ਉਹ ਭੁੱਖ ਹੜਤਾਲ 'ਤੇ ਸੀ, ਸਨੀ ਨਾਂ ਦਾ ਨੌਜਵਾਨ ਬਠਿੰਡਾ ਦਾ, ਉਹਦੀ ਅਸੀਂ ਮੁਲਾਕਾਤ ਕਰਕੇ ਇਸ ਜਗ੍ਹਾ ਤੋਂ ਗਏ ਹਾਂ। ਇਸ ਜਗ੍ਹਾ ਦੇ ਅੰਦਰ ਜਾ ਕੇ ਬਿਲਕੁਲ ਉਹਨੂੰ ਮਿਲ ਕੇ ਗਏ ਸੀ ਕਿ ਸੱਚਾਈ ਕੀ ਹੈ ਉਹ ਜਾਣਨ ਵਾਸਤੇ। ਅੱਜ ਵੀ ਅਸੀਂ ਸੱਚਾਈ ਜਾਣਨ ਵਾਸਤੇ ਆਏ ਸੀ, ਜੇਲ੍ਹ ਸੁਪਰਡੈਂਟ ਸਾਹਿਬ ਨੂੰ ਮਿਲਣਾ ਚਾਹੁੰਦੇ ਸੀ ਔਰ ਉਸ ਨੌਜਵਾਨ ਨੂੰ ਮਿਲਣਾ ਚਾਹੁੰਦੇ ਸੀ। ਜੇਕਰ ਉਹ ਸਿੱਖ ਨੌਜਵਾਨ ਨੂੰ ਨਹੀਂ ਮਿਲਾਇਆ ਜਾ ਸਕਦਾ ਤਾਂ ਜੇਲ੍ਹ ਸੁਪਰਡੈਂਟ ਤਾਂ ਖੁਦ ਮਿਲ ਸਕਦਾ ਸੀਗਾ, ਉਹ ਸਾਰੀ ਸੱਚਾਈ ਦੱਸ ਸਕਦਾ ਸੀ। ਪਰ ਇੱਕ ਸਟੇਟ ਦੀ ਸਿੱਖ ਸੰਸਥਾ ਦੇ ਮੁੱਖ ਸੇਵਾਦਾਰ ਨੂੰ ਮਿਲਣ ਤੋਂ ਮਨਾਹੀ ਕਰਨੀ ਜੇਲ੍ਹ ਸੁਪਰਡੈਂਟ ਵੱਲੋਂ, ਮੈਂ ਸਮਝਦਾ ਇਹ ਕਾਨੂੰਨ ਦਾ ਵੀ ਘਾਣ ਹੈ ਅਤੇ ਇੱਥੋਂ ਇਹਨਾਂ ਦਾ ਜਿਹੜਾ ਸਾਰਾ ਕਾਲਾ ਚਿਹਰਾ ਜਿਹੜਾ ਉਹ ਸਾਹਮਣੇ ਆਉਂਦਾ ਕਿ ਵਾਕਈ ਇਹ ਗੁਨਾਹਗਾਰ ਨੇ ਜੇਲ੍ਹ ਦਾ ਪ੍ਰਸ਼ਾਸਨ। ਔਰ ਮੈਂ ਕਹਿਣਾ ਚਾਹੁੰਦਾ ਕਿ ਜੇਲ੍ਹ ਪ੍ਰਸ਼ਾਸਨ ਦੇ ਉਸ ਮੁਲਾਜ਼ਮਾਂ ਦੇ ਉੱਪਰ ਜਿਨ੍ਹਾਂ ਨੇ ਇਹ ਜ਼ਿਆਦਤੀ ਕੀਤੀ ਹੈ ਸਿੱਖ ਨੌਜਵਾਨ ਦੇ ਨਾਲ, ਉਹਦੇ 'ਤੇ ਬਣਦੀ ਕਾਨੂੰਨ ਅਨੁਸਾਰ ਕਾਰਵਾਈ, ਚਾਹੇ ਧਾਰਾ 295A ਆ ਔਰ ਚਾਹੇ ਕੋਈ ਹੋਰ ਹੈ, ਉਹਦੇ ਧਰਮ ਦੇ ਨਾਲ ਮੈਨੂੰ ਨਹੀਂ ਪਤਾ ਉਹ ਨੌਜਵਾਨ ਕਿਸ ਗੁਨਾਹ ਦੇ ਕਰਕੇ ਇਸ ਜੇਲ੍ਹ ਦੇ ਅੰਦਰ ਹੈ, ਪਰ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਹੈ ਜਿਸ ਦਾ ਮੈਂ ਪਤਾ ਲੈਣ ਵਾਸਤੇ, ਜਾਣਕਾਰੀ ਲੈਣ ਵਾਸਤੇ ਪਹੁੰਚਿਆ ਸੀਗਾ ਕਿ ਸੱਚਾਈ ਕੀ ਹੈ। ਜੇਲ੍ਹ ਸੁਪਰਡੈਂਟ ਕੋਲੋਂ ਵੀ ਲੈਣਾ ਚਾਹੁੰਦਾ ਸੀ ਔਰ ਨੌਜਵਾਨ ਦੇ ਕੋਲੋਂ ਵੀ,
ਪਰ ਜਿਸ ਤਰ੍ਹਾਂ ਜੇਲ੍ਹ ਸੁਪਰਡੈਂਟ ਸਾਹਿਬ ਨੇ ਇੱਥੇ ਮਨਾਹੀ ਕੀਤੀ ਆ, ਮੈਂ ਸਮਝਦਾ ਵੀ ਇਹ ਕਾਨੂੰਨ ਦਾ ਵੀ ਘਾਣ ਆ ਕਿ ਜੇ ਸਾਡੇ ਸਿੱਖ ਨੌਜਵਾਨ ਜੇਲ੍ਹਾਂ ਦੇ ਅੰਦਰ, ਅਸੀਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੇਂਦਰ ਤੱਕ ਪਹੁੰਚ ਕਰ ਰਹੇ ਹਾਂ, ਪਰ ਮੈਂ ਸਮਝਦਾ ਪੰਜਾਬ ਦੇ ਸੁਪਰ ਸੀਐਮ ਕੇਜਰੀਵਾਲ ਸਾਹਿਬ ਇੱਕ ਵਾਰ ਫਿਰ ਉਹਨਾਂ ਦਾ ਕਾਲਾ ਚਿਹਰਾ ਜਿਹੜਾ ਹੈਗਾ ਉਹ ਨੰਗਾ ਹੋਇਆ ਕਿ ਉਹਨਾਂ ਨੇ ਪਹਿਲਾਂ ਸਾਡੇ ਸਿੱਖ ਨੌਜਵਾਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਉੱਤੇ ਘੇਸਲ ਵੱਟੀ ਹੋਈ ਆ ਦਿੱਲੀ ਦੇ ਅੰਦਰ, ਦਿੱਲੀ ਸਰਕਾਰ ਦਾ ਮੁੱਖ ਮੰਤਰੀ ਹੁੰਦੇ ਆ, ਹੁਣ ਸਾਡੇ ਪੰਜਾਬ ਦੇ ਅੰਦਰ ਉਹਨਾਂ ਦੇ ਹੁਕਮ ਦੇ ਨਾਲ ਜਿਸ ਤਰੀਕੇ ਦੇ ਨਾਲ ਸਾਡੇ ਸਿੱਖ ਨੌਜਵਾਨਾਂ ਦੇ ਕੇਸ ਕਤਲ ਕੀਤੇ ਜਾ ਰਹੇ, ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਦੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਇਹ ਬਹੁਤ ਜ਼ਿਆਦਾ ਜ਼ਿਆਦਤੀ ਹੋਈ ਆ। ਮੈਂ ਸਮਝਦਾ ਕਿ ਜਿਹੜਾ ਸਾਡਾ ਹੱਕ ਬਣਦਾ ਸੀਗਾ ਜੇਲ੍ਹ ਸੁਪਰਡੈਂਟ ਕੋਲੋਂ ਜਾਣਕਾਰੀ ਲੈਣ ਦਾ ਜਾਂ ਉਸ ਨੌਜਵਾਨ ਦੇ ਕੋਲੋਂ ਲੈਣ ਦਾ, ਸਾਡੇ ਹੱਕ ਦੇ ਉੱਤੇ ਜਿਹੜਾ ਦਿਨ ਦਿਹਾੜੇ ਡਾਕਾ ਮਾਰਿਆ ਗਿਆ, ਇਸ ਵੇਲੇ ਅਸੀਂ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਬਾਹਰ ਖੜ੍ਹੇ ਹਾਂ, ਕੋਈ ਰੀਜ਼ਨ ਨਹੀਂ ਹੈ ਇਹਨਾਂ ਦੇ ਕੋਲ, ਸਿਕਿਉਰਟੀ ਸਿਕਿਉਰਟੀ ਸਿਕਿਉਰਟੀ, ਅਸੀਂ ਕੋਈ ਬੰਬ ਚਲਾਉਣ ਵਾਸਤੇ ਇੱਥੇ ਆਏ ਹਾਂ, ਅਸੀਂ ਕੋਈ ਜੇਲ੍ਹ ਦਾ ਨੁਕਸਾਨ ਕਰਨਾ ਚਾਹੁੰਦੇ ਹਾਂ, ਅਸੀਂ ਇੱਥੇ ਸਿਰਫ ਜਾਣਕਾਰੀ ਲੈਣਾ ਚਾਹੁੰਦੇ ਹਾਂ। ਪਰ ਜਿਸ ਤਰੀਕੇ ਦੇ ਨਾਲ ਇਹ ਸਾਰੀ ਕਾਰਵਾਈ ਹੋਈ ਹੈ, ਇਹਦੇ ਤੋਂ ਚਿੱਟੇ ਦਿਨ ਵਾਂਗੂ ਸਾਫ਼ ਹੋ ਗਿਆ ਕਿ ਇਹਦੇ 'ਚ ਜੇਲ੍ਹ ਪ੍ਰਸ਼ਾਸਨ ਸਮੇਤ ਸੁਪਰਡੈਂਟ ਦੇ ਇਹ ਸਾਰੇ ਗੁਨਾਹਗਾਰ ਨੇ, ਇਹਨਾਂ ਨੇ ਜ਼ਬਰਦਸਤੀ ਉਸ ਅੰਮ੍ਰਿਤਧਾਰੀ ਸਿੱਖ ਨੌਜਵਾਨ ਦੇ ਕੇਸ ਕਤਲ ਕੀਤੇ ਆ, ਜਿਹਦੀ ਮੈਂ ਸਖ਼ਤ ਸ਼ਬਦਾਂ ਦੇ ਅੰਦਰ ਨਿਖੇਧੀ ਕਰਦਾ, ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਉਣ ਵਾਲੇ ਦਿਨਾਂ ਦੇ ਅੰਦਰ ਸਾਰੇ ਸਿੱਖ ਜਥੇਬੰਦੀਆਂ ਇਕੱਠੇ ਹੋ ਕੇ ਤਰੀਕ ਅਨਾਊਂਸ ਕੀਤੀ ਜਾਊਗੀ, ਔਰ ਉਸੇ ਜੇਲ੍ਹ ਦੇ ਅੱਗੇ ਜਿਹੜਾ ਹੈ ਉਹ ਪ੍ਰਦਰਸ਼ਨ ਕੀਤਾ ਜਾਊਗਾ। ਜੇਕਰ ਇਸੇ ਤਰ੍ਹਾਂ ਇਹਨਾਂ ਨੇ ਇਸ ਤਰ੍ਹਾਂ ਜਿਹੜੀ ਘੇਸਲ ਵੱਟ ਕੇ ਰੱਖੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੈਂ ਕਹਿਣਾ ਚਾਹੁੰਦਾ ਕਿ ਆਹ ਰਾਜ ਦੇਣ ਦੇ ਤੁਸੀਂ ਵਾਅਦੇ ਕੀਤੇ ਸੀ ਲੋਕਾਂ ਨੂੰ, ਜਿਸ ਤਰ੍ਹਾਂ ਬਾਦਲਾਂ ਨੇ ਕੀਤਾ, ਕੈਪਟਨ ਨੇ ਕੀਤਾ, ਤੁਸੀਂ ਉਹਨਾਂ ਨਾਲੋਂ ਚਾਰ ਰੱਤੀਆਂ ਅਗਾਂਹ ਹੋ ਗਏ ਆ ਕਿ ਪੰਜਾਬ ਦੇ ਲੋਕਾਂ ਨੂੰ ਇਹੋ ਜਿਹਾ ਰਾਜ ਦੇਣ ਦੀ ਕਿ ਅਸੀਂ ਆਪਣੇ ਸਿੱਖ ਨੌਜਵਾਨਾਂ ਦਾ ਪਤਾ ਨਹੀਂ ਲੈ ਸਕਦੇ, ਅਸੀਂ ਇੱਥੇ ਜੇਲ੍ਹ ਦੇ ਸੁਪਰਡੈਂਟ ਨੂੰ ਮਿਲ ਕੇ ਜਾਣਕਾਰੀ ਨਹੀਂ ਲੈ ਸਕਦੇ ਕਿ ਉਹਨਾਂ ਦੇ ਜਿਹੜੇ ਕੇਸ ਆ ਕਿਉਂ ਕਤਲ ਕੀਤੇ ਗਏ ਆ, ਸੱਚਾਈ ਕੀ ਆ। ਸੋ ਇੱਥੋਂ ਲੱਗਦਾ ਕਿ ਸਿੱਧੇ ਤੌਰ 'ਤੇ ਇਹਦੇ ਲਈ ਜੇਲ੍ਹ ਪ੍ਰਸ਼ਾਸਨ ਜ਼ਿੰਮੇਵਾਰ ਆ, ਉਹਨਾਂ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ, ਔਰ ਮੈਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੀ ਪੈਰਵਾਈ ਕਰਾਂਗਾ ਇਸ ਕੇਸ ਦੀ ਕਿ ਜਿਹੜੇ ਸਿੱਖ ਨੌਜਵਾਨ ਦੇ ਕੇਸ ਆ ਕਿਉਂ ਕਤਲ ਕੀਤੇ ਗਏ ਆ। ਇਹਦੇ ਲਈ ਸਿੱਧੇ ਤੌਰ 'ਤੇ ਮੈਂ ਸਮਝਦਾ ਜੇਲ੍ਹ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈ, ਅਤੇ ਜਿਹੜਾ ਹੁਣ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਮਿਲਣ ਤੋਂ ਮਨਾਹੀ ਕੀਤੀ ਗਈ ਆ, ਉਹਦੇ ਵਾਸਤੇ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਜ਼ਿੰਮੇਵਾਰ ਆ, ਔਰ ਸਿੱਧੇ ਤੌਰ 'ਤੇ ਪੰਜਾਬ ਦਾ ਸੁਪਰ ਸੀਐਮ ਕੇਜਰੀਵਾਲ ਜ਼ਿੰਮੇਵਾਰ ਆ।